ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਅਸਲਾਮ ਅਲੈਕੁਮ। ਉਮੀਦ ਕਰਨਾ ਸਾਰੇ ਠੀਕ ਠਾਕ ਹੋ। ਮੈਂ ਸਾਰੇ ਮੈਂ ਆਪਣੀ ਖਿਦਮਤ ਵਿੱਚ ਇੱਕ ਨਵੀਂ ਵੀਡੀਓ ਨਾਲ ਹਾਜ਼ਰ ਹਾਂ। ਅੱਜ ਨਹੀਂ ਵੀਡੀਓ ਸ਼ੁਰੂ ਕਰਨੇ ਆ ਚੈਨਲ ਬਣੇ ਭੈਣਾਂ ਭਰਾ ਚੈਨਲ ਸਬਸਕ੍ਰਾਈਬ ਕਰੋ, ਵੀਡੀਓ ਕੀ ਸ਼ੇਅਰ ਕਰਿਆ। ਬਾਕੀ ਅੱਜ ਨਾ ਮਜ਼ੇਦਾਰ ਜਿਹੜਾ ਸਾਡਾ ਵਲਾਗ ਆ ਉਹ ਸ਼ੁਰੂ ਕਰਨੇ ਹਾਂ। ਫਿਰ ਪਤਾ ਜਿਲ੍ਹਾ ਸਾਡਾ ਸਫ਼ਰ ਹੋਣਾ ਆ ਸ਼ਹਿਰਾਂ ਤਰਫ ਵੈਤਾ ਹੈ। ਅਸਣਾ ਜਿਹੜਾ ਸ਼ਹਿਰ ਆ ਜਨਾਬ ਲੁਡਿਆਲਾ ਸ਼ਹਿਰ ਆ, ਕਿਉਂਕਿ ਜ਼ਿਆਦਾਤਰ ਅਸੀਂ ਅਗਰ ਕੰਮ ਪੈਣਾ ਆ ਕੋਈ ਚੀਜ਼ ਚੇਂਜ ਨਹੀਂ ਹੋਣੀ ਹੈ ਜਿਹੜੀ ਅਸੀਂ ਕਿ ਆਪਣੇ ਬਾਜ਼ਾਰ 18 ਬਾਜ਼ਾਰ ਸੰਡੇ ਬਾਜ਼ਾਰ ਦੇ ਅੰਦਰੋਂ ਨਹੀਂ ਲੱਭਣੀ ਆ, ਫਿਰ ਅਸੀਂ ਜਾਣੇ ਆ ਲੁਡਿਆਲਾ ਸ਼ਹਿਰ ਦੇ ਅੰਦਰ। ਇਸ ਸਿਲਸਿਲੇ ਜਨਾਬ ਅੱਜ ਅਸਾਂ ਕਿ ਕੰਮ ਇਹ ਜਿਹਾ ਪਿਆ ਜਿਹੜਾ ਨਾ 18 ਦੀ ਸਹੂਲਤ ਮੌਜੂਦ ਦੀ ਅਤੇ ਨਾ ਸੰਡੇ ਲੈਂਦਾ ਦੀ ਉਹ ਇਹ ਸਹੂਲਤ ਕੋਈ ਅਸੀਂ ਮੌਜੂਦ ਜਿਹੜੀ 18 ਦੇ ਸੰਡੇ ਲੈਂਦਰ ਅਸੀਂ ਜਿਹੜੀ ਸਹੂਲਤ ਨਹੀਂ ਲੱਭੀ ਦੀ ਆ ਉਹ ਇਹੀ ਆ ਕਿ ਫੋਟੋ ਸਟੇਟ ਦੀ ਦੁਕਾਨ ਜਨਾਬ ਜਿਹੜੀ ਰੱਟਾ ਲੱਭੀ ਸਕਣੀ ਅਸੀਂ ਅਤੇ ਉਸ ਤੋਂ ਇਲਾਵਾ ਪਲੋਟਾਂ ਆਈਆਂ ਅਤੇ ਬਾਕੀ ਆ ਕਿ ਕਾਪੀ ਸ਼ਾਪੀ ਕਰਾਉਣੀਆਂ ਆ ਕੁਝ ਉਹ ਅਸਾਂ ਕਰਾਉਣੀਆਂ ਆ। ਬਾਕੀ ਅੱਗੇ ਅਗਲਾ ਘਰੋਂ ਨਹੀਂ ਤਾਂ ਆਉਂਦਾ, ਮੈਂ ਸੋਚਿਆ ਮਸਾਇਲ ਘਰ ਆ ਤਿਆਰੀ ਸ਼ਿਆਰੀ ਕਰੀ ਰਹੇ ਹਾਂ ਮੈਂ ਤਾਂ ਭਾਈ ਕਰਾਂ ਉਸ ਨਾਲ, ਕਿਉਂਕਿ ਉਹਨਾਂ ਕਢਾਉਣੀ ਆ ਰੋਣ ਮਸਲਿਪ ਅਤੇ ਮੈਂ ਫਿਰ ਨਾਲ ਉਹਨਾਂ ਨੇ ਜੁੜਿਆ ਹਾਂ ਅਤੇ ਮਿਗੀ ਆਪਣੇ ਦੋ ਕੰਮ ਪੈਣਾ ਅਤੇ ਸਿਲਸਿਲੇ ਜਸਾਂ। ਬਾਕੀ ਆ ਕਿ ਅਗਲਾ ਘਰੋਂ ਨਹੀਂ ਤਾਂ ਮੈਂ ਸੋਚਿਆ ਮਸਾਇਲ ਘਰ ਆ ਉਹ ਜਿਹੜਾ ਮਸਾਇਲ ਲੁੜਿਆ ਲੱਭਾ ਗੁਣੇ ਫਿਰ ਪਤਾ ਕਿੱਦਾਂ ਤਾ ਉਹ ਸਨੇਹ ਸਾਹਿਬ ਨੇ ਘਰ ਆ ਮਸਾਇਲ ਕੱਲ੍ਹ ਸ਼ਾਮੀ ਗਏ ਸੀ ਤਾਂ ਦੋਵੇਂ ਮਸਾਇਲ ਉੱਧਰ ਕਿ ਨਹੀਂ ਗਏ ਸੀ ਆ ਅਤੇ ਬਾਕੀ ਸਨੇਹ ਸਾਹਿਬ ਮੈਂ ਲਾਈ ਆਏ ਸੀ ਮੁੜੀ ਤਾਂ ਮੁੜੀ ਸਫਿਆਨ ਸਾਹਿਬ ਕੋਲ ਤਾਂ ਮੋਟਰਸਾਈਕਲ ਅਤੇ ਉਹ ਉੱਧਰ ਗਏ ਹੋਏ ਕੰਮ ਸਨੇਹ ਤਾਂ ਉੱਥੇ ਦੋਵੇਂ ਮਸਾਇਲ ਰਹੇ। ਬਾਕੀ ਹੁਣ ਪੈਦਲ ਜਾ ਰਹੇ ਹਾਂ, ਐ ਤਾਂ ਕਿਤੇ ਕਿਤੇ ਦੁੱਧ ਵੀ ਚੋਲਿਆ ਇਹ ਜਨਾਬ ਬਾਜ਼ਾਰੇ ਦੇਖਾਂ, ਪਹਿਲੇ ਮੋਟਰਸਾਈਕਲ ਕਿਨਸਾਂ ਫਿਰ ਜੁਸਾਂ ਗ੍ਰਾਮ ਸਾਹਿਬ ਵਿੱਚ ਆਸਾਂ ਅਤੇ ਫਿਰ ਅੱਗੇ ਜੁਸਾਂ ਜਨਾਬ ਬਾਜ਼ਾਰੇ ਇੱਥੇ ਦੁੱਧ ਲਪੜਾ ਸਾਂ ਭਾਈ ਆਸਫ ਕੀਤਾ, ਫਿਰ ਉਸ ਤੋਂ ਬਾਅਦ ਜੁਸਾਂ ਠੀਕ ਆ ਡਡਿਆਲ ਸ਼ਹਿਰ ਦੇ ਅੰਦਰ। ਅਤੇ ਅੱਜ ਨਾ ਜਿਹੜਾ ਵਲਾਗ ਆ ਉਸਨੇ ਦੱਸਾਂ, ਉਮੀਦ ਕਿ ਪਸੰਦ ਸੀ, ਲਾਜ਼ਮੀ ਚੈਨਲ ਸਬਸਕ੍ਰਾਈਬ ਕਰਿਆ ਅਤੇ ਤੁਸੀਂ ਕੀ ਦੱਸਣੇ ਆ ਅੱਜ ਨਾ ਖੂਬਸੂਰਤ ਵਲਾਗ ਜਨਾਬ। ਅਸਾਂ ਮੋਟਰਸਾਈਕਲ ਚਾਹੀਦਾ ਆ, ਇਹ ਤਾਂ ਮੋਟਰਸਾਈਕਲ ਆ। ਬਾਕੀ ਇਹ ਸਫ਼ਰ ਸ਼ੁਰੂ ਕਰਨੇ ਅੱਗੇ ਜੁਲੇ ਹਾਂ ਇਕਰਾਮ ਸਾਹਿਬ ਵਿੱਚ ਆਉਣੇ ਇੱਥੋਂ, ਤਾਂ ਫਿਰ ਇੱਥੋਂ ਅੱਗੇ ਸਫ਼ਰ ਸ਼ੁਰੂ ਕਰੀ ਗਏ ਹਾਂ ਡਡਿਆਲ ਸ਼ਹਿਰ ਨਾਲ। ਬਾਕੀ ਅੱਗੇ ਤੁਸੀਂ ਦੱਸਣੇ ਜੁਲੇ ਜੁਲੇ ਹਾਂ ਅਗਰ ਅਸਾਂ ਕੋਈ ਖੂਬਸੂਰਤ ਸੀਨ ਡਡਿਆਲ ਜਾਣੇ ਅਸਾਂ ਸਾਰੇ ਸਾਰੇ ਸੀਨ ਧੱਕੇ ਵੀਏ, ਬਾਕੀ ਆ ਖੂਬਸੂਰਤ ਸੀਨ ਦੱਸਣ। ਬਾਕੀ ਜੁਲੇ ਹਾਂ ਤਾਂ ਇਕਰਾਮ ਸਾਹਿਬ ਵਿੱਚ ਆਉਣੇ ਹਾਂ, ਫਿਰ ਜਿਹੜੇ ਅਸੀਂ ਘੁੰਮੇ ਡਡਿਆਲ ਸ਼ਹਿਰ ਅੰਦਰ ਉਹ ਤੁਸੀਂ ਦੱਸਾਂ ਦੁਧਾਣੇ ਬੁੱਧ ਲਾਏ ਸੀ 30 ਰੁਪਏ ਬਾਅਦ ਦਿੱਤਾ ਪਤਾ ਨਹੀਂ ਕਿਆ ਵਜੇ, ਤਾਂ ਬਾਕੀ ਚਲੋ ਸ਼ੁਰੂ ਸਫ਼ਰ ਸ਼ੁਰੂ ਕਰਦੇ ਹਾਂ। ਇਹ ਜਨਾਬ ਪਹੁੰਚੇ ਇਕਰਾਮ ਸਾਹਿਬ ਕੋਲ ਅਸਾਂ, ਇਹ ਤਾਂ ਕਿਤੇ ਇਕਰਾਮ ਸਾਹਿਬ ਆਈਏ ਕਿਆ ਠੀਕ ਹੀ ਹੋਣਾ ਜੀ। ਤਾਂ ਬਹੁਤ ਜੀ ਸਫ਼ਰ ਸ਼ੁਰੂ ਕਰ ਰਹੇ ਹਾਂ ਡਡਿਆਲ ਸ਼ਹਿਰ ਨਾਲ, ਤਾਂ ਅਸੀਂ ਅੱਗੇ ਜਿਹੜੀ ਦੱਸਣੀ ਡਡਿਆਲ ਸ਼ਹਿਰ ਨੇ ਖੂਬਸੂਰਤ ਨਜ਼ਾਰੇ। ਚਲੋ ਜੀ ਗਰਮੀ ਨਹੀਂ ਨਾ ਕੋਈ ਨਹੀਂ। ਜਨਾਬ ਪੈਟਰੋਲ ਪੰਪ ਪਰ ਆਏ ਆ ਭਾਈ ਲੱਭੀ ਗਏ ਪੈਟਰੋਲ ਪਾਉਣੇ ਮੈਂ ਕਿਆ ਪਾਉਣੇ ਤੇ ਬੋ ਸਰਕਾਰ ਪੈਟਰੋਲ ਇਤਨਾ ਮਹਿੰਗਾ ਹੋਈ ਗਿਆ ਅਜਾ ਇਸ ਹਕੂਮਤ ਜੀ ਜਰਾ ਵੀ ਸ਼ਾਂ ਜਾ ਕੋਣੀ ਹਾਂ ਤੋ ਕੋ ਜੀ ਭਈ ਬਵਾਂ ਕਿਆ ਕਰੇ ਕਿਆ ਕਰੇ ਠੀਕ ਹੈ ਪੈਟਰੋਲ 170 150 ਪਰ ਦਾ ਫਿਰ 170 80 ਖੜਿਆ ਨੇ ਹੁਣ ਮੁੜੀ ਤੇ 200 ਤਸਾਂ ਗਿਆ ਅਜਾ ਆਵਾ ਤੇ ਪੈਟਰੋਲ ਵਾ ਜਾ ਆਪਣਾ ਖਾਣਾ ਪੀਣਾ ਪੂਰਾ ਕਰੇ ਤੇ ਪੈਟਰੋਲ ਪਵਾਣੇ ਗਏ ਆਵਾ ਮ ਕਿਆ ਕਰਾ ਹੋਰ ਜੀ ਖਾਲੀ ਗਿਆ ਵੀ ਜਾਣਾ ਪਰ ਮਸਾਇਲ ਕਿੱਥੇ ਲੱਗਿਆ ਕਿਆ ਫਾਇਦਾ ਨਹੀਂ ਤਾਂ ਕੋਈ ਅੱਗੇ ਪਿੱਛੇ ਬੰਦੇ 100 ਕੰਮ ਮਮਲਾ ਹੋਣੇ ਠੀਕ ਹੈ ਬੰਦੇ ਜਾਣਾ ਪੈਣਾ ਅੱਛਾ ਜੇ ਪਟੋ ਨਾ ਸੀ ਤਾਂ ਕਿਆ ਸੀ ਫਿਰ ਸਹੀ ਗੱਲ ਕਿਤੇ ਜਾਪਣਾ ਕਿਆ ਵਿਚਾਰ ਸਹੀ ਗੱਲ ਤੂੰ ਕੋ ਹਰ ਚੀਜ਼ ਆਗ ਰਹੀਗੀ ਇਹ ਆਵਾਮ ਤੁਹਾਡੀ ਅੱਗੇ ਕਿਤਨਾ ਕਿਤਨਾ ਲੀਟਰ ਸੋ ਅੱਗੇ ਪਹਿਲੇ 150 150 ਉਹਦਾ ਖੁਸ਼ ਨਹੀਂ ਸੀ ਕੋਣ ਕੋਈ ਹੁਣ ਖੁਸ਼ੀ ਨਾ ਹੁਣ ਖੁਸ਼ੀ ਹੁਣ ਸਪੋਰਟ ਬਸ ਠੀਕ ਹੈ ਭਾਈ ਹੋਰ ਤੇ ਘੁਰਨੇ ਦਾ ਬਸ ਠੀਕ ਹੈ ਜੀ ਬਿਲਕੁਲ ਜੀ ਪੈਟਰੋਲ ਵਿੱਚ ਮਟਾ ਲੈ ਪਾਇਆ ਭਾਈ ਉਹਨਾਂ ਨੇ ਜਜ਼ਬਾਤ ਵੀ ਦੱਸੇ ਆ ਬਾਕੀ ਕਿਆ ਜੁਲੇ ਆ ਅਗਲੀ ਰੋਟੀ ਬਾਕੀ ਜਨਾਬ ਇਸ ਵਾਰ ਤੱਕ ਪਹੁੰਚੇ ਹਾਂ ਡਡਿਆਲ ਸ਼ਹਿਰ ਦੇ ਅੰਦਰ, ਕਾਫੀ ਰਸ਼ ਆ ਕਾਫੀ ਆਵਾਮ ਹੈ ਜਨਾਬ ਜਿਹੜੀ ਅੱਜ ਡਡਿਆਲ ਸ਼ਹਿਰ ਦੇ ਚਲੇ ਦੇਖਿਆ ਬਾਹਰ ਆਉਣਾ ਅਤੇ ਬਾਹਰ ਦਾ ਦੁੱਧ ਵਾਲੇ ਕਾਫੀ ਜ਼ਿਆਦਾ ਰਸ਼ ਆ ਤੁਸੀਂ ਸਾਡੇ ਤੱਕ ਸਕਦੇ ਹੋ
احتجاج بھی جاری آ رٹوا ریا بولا جا مکمل نہیں ہو رہا اس سلسلے احتجاج وہ بھی جاری آ وہ بھی تھی دسنے پہلے اصل جلنے پار لگی سکتے ہوار نے پنچایت جتوں اصل ایک سم ریپلیس کرا سم جی ریپلیس کرا سا آواز کی تو ویسے خلل پیدا ہونا گلی شور کافی آ جلنے پار ڈڈیال پنچایت نار اتنے سم ریپلیس کرانی ہے اس کے بعد دسنے جناب یہ جڑا احتجاج آ اس نے کوئی جڑے کلپ تھوڑے جہاں ریکارڈ کرنے تکنے کا بھی بانے لانے ہیں باقی تک وہ ویڈیو تکنے رہو انجوائے کرنے رہو اچھے جلاں جی پار بائک رام اچھو جلاں ریام پل آئے سنے والے احتجاج آ کشمیر مارکیٹ اندر آئی گیا انہوں نے تقریر شکریہ کر سکتا باقی تھی دسن سارا کہ اصا اپنے ولاگ اگیا کھنے ہاں میں چلو اگے اگے جلنے ہاں تھی دسنے کہ باقی ساری روٹیاں کیا سی یہ بھی اصا آئے ہیں برابر آئی گئے تو چلو میں دو چار کلپ بنائی ہونے ہاں دسی ہونے کہ تھی جا سارا اٹھا ریام پل آ اس نے جی صورت حال ہی ہے کہ جڑا چکسواری کی میرپنا ملانا آ وہ پل مکمل نہیں ہونا پیا اس والے اج اتنے پریس کانفرنس سی باقی تصاویر کہ باقی کئی سارے یوٹیوبر پر آئے انہیں ویڈیو بنائی ہوں وہ لاسن تک ہی نہیں اصا بلا کی میں چلو کہ اگیا جلنے ہوں ہوں تھی اگیں جلدی اگیا دسنے ہوں جہاں ساری روٹین کیا بنی ہے گرمی کافی زیادہ ہی ہے اس گرمی کی وجہ سے میں پھر ویڈیو مکمل کون کی ہے میں اتنے اندر بیٹھے رہے گرمی بھی زیادہ ہی ہے تھی دسنے ہاں یہ ڈڈیال شہر ہے کشمیر مارکی آل آ ماشاء اللہ بنتا نواں ہی آ اس کے علاوہ تک نہیں کیا ساری روٹین ہی جی بالکل جی اگے اصا آئے ہاں واپس گھر جا رہے تھے راستے تکیا کہ میں میرا لا وا جناب گھوڑیاں نی نیزا بازی نہ اس بار تکی سکنے تو گھوڑیاں نی نیزا بازی جناب شروع ہی ہے جناب کافی گھوڑے تھے میں جلنے جلنے تھوڑا جہا اس کے بچ ایڈ کری ہوں تقریباً دو منٹ نے ویڈیو اس میں دسنے ہاں گھوڑیاں نی تھوڑی جی نیزا بازی کا دسنے گھوڑے چھوڑے دسنے ہاں تو پھر اگے جلنے ہاں اگلا سفر اصا کرنے ہاں کرانا باقی تکنے کیا کوئی صورت حال ہی گڑیاں ہڈیاں چھنیاں پہ کافی رش آ گرمی کافی زیادہ ہی ہے میں چلو اپنے تکنے بھنا بھرا کے دسی ہوں جڑے خوبصورت خوبصورت گھوڑے ہے دیکھو جی تھی بہ کیمرے پہ چیک کرانے ہاں جناب چیک کرو ہلا کوئی کلب ٹوری دیا پتہ نہیں کہڑا کلب آ ویسے ٹوری دیا شوگر میرا لا وا سو چیک کر سکنے ہو گھوڑے چھوڑے کافی زیادہ کھلتے ہوئے جناب آ لی گھوڑے چھوڑے یہ کلب بھی کوئی ٹوری دیا باقی شروع ہوا سسٹم سارا تھی تھوڑے دسی جلنے ہاں پھر اگے لے جلنے ہاں ہے چیک کرو جی گھوڑا ماشاء اللہ کافی خوبصورت خوبصورت گھوڑے ہے خاص کری ماشاء اللہ میں اچھنا رہا جی تکنا بھی رہا اس کے علاوہ جناب ہے تکو جی گھوڑے کہا تھا نہیں تو بعد شروع ہی آ کون جی ویسے ہے سسٹم ہے سارا تو چیک کرایا ہاں بھائی کرام سے تھک رہا ہے پھر میں آنا کہ اس نے چیک کرائی تو لے جڑا ہے چیک کرو باقی ہے کہ اس گرمی نے اندر اس میں پتا عوام اس طرح تو نہیں ہے پر پھر بھی کافی زیادہ ٹینشن لے ہوئے ہوں بھائی کرام پورا گمی گئے انہیں لڑنے آنا تو پھر تکنے کدھر گئے پھر اساں لے جلنے ہاں واپس تو گھوڑے چھوڑے دسی اڑے میں چلو حال بھی تھوڑا جہا ایڈ کرنے سے تکے کافی زیادہ لے تھے گھوڑے سے پھرنے ٹرنے سے میں اچھے جلنے تکی کن ہاں کیا بھی صورت حال ہی ہوں بھائی کرام ہی لڑنا پیسے کدھر گئے تو پھر اساں جلنے اللہ یاد کرنے کرنے
ਗੱਡੀ ਛੱਡੀਆਂ ਕਾਫੀ ਗਲਤੀਆਂ ਹੋਏ ਥੇ ਤੱਕੀ ਤੱਕਣੇ ਹੋਏ ਤੁਹਾਨੂੰ ਮਾਸ਼ਾਅੱਲਾ। ਚਲੋ ਜੀ ਆਖਰਕਾਰ ਭਾਈ ਗ੍ਰਾਮ ਹੀ ਲੋੜੀ ਤਕਫੋ ਤਕਫੋ ਜੇ ਤੱਕਣੇ ਸ਼ੌਂਕ ਆ ਤਕਫੋ ਨਹੀਂ ਤਾਂ ਮਾੜ ਮਾੜ ਕੌਣ ਆਏ ਕਦੇ ਕਦੇ ਨਾ ਆਏ ਭਾਈ ਗ੍ਰਾਮ ਪੈ ਦਿਖਾ ਜੀ ਕੋਲ ਨਹੀਂ ਤਾਂ ਬਾਅਦ ਥੋੜ੍ਹੀ ਤੱਕਣੀ ਪਈਗੀ। ਵੈਸੇ ਤਾਂ ਮੈਂ ਤਿਆਰ ਸਾਂ ਜੁਲਾਂ ਵਾਪਸ ਤਾਂ ਚਲੋ ਇਹ ਅੱਗੇ ਦੋ ਚਾਰ ਤੱਕੀ ਕਿੰਨੇ ਆ ਕਿਸ ਤਰ੍ਹਾਂ ਪਟਨੇ ਨਿਦਾ ਦੋ ਚਾਰ ਜਿਹੜੇ ਘੋੜੇ ਆ ਪਟਨੇ ਜਿਹੜਾ ਤੱਕਣੇ ਭਾਈ ਗ੍ਰਾਮ ਵੀ ਦੱਸਣੇ ਆ ਨਾਲ ਸ਼ੋ ਸ਼ਗਲ ਗਰਮੀ ਬਹੁਤ ਜ਼ਿਆਦਾ ਜੀ ਐ ਤੱਕੋ ਜੀ ਜਗ੍ਹਾ ਜਗ੍ਹਾ ਮਲਮਾ ਹੋਇਆ ਬੜਾ ਅਗਲਾ ਟੁਰਨੇ ਪਏ ਦੱਸਣੇ ਬਹਿ ਕਹਿੰਦੇ ਰੌਲਾ ਸ਼ੁਰੂ ਤੋਂ ਹੋਇਆ ਜਨਾਬ ਦਾ ਅਸੀਂ ਦੱਸਿਆ ਇਹ ਖੂਬਸੂਰਤ ਜਿਹੜੀ ਨੇਤਾ ਬਾਜੀ ਅਸੀਂ ਦੱਸੀ ਹੈ ਥੋੜ੍ਹੀ ਜਿਹੀ ਅਸਾਂ ਵੀਡੀਓ ਬਣਾਈ ਆ ਟੋਲ ਸ਼ੋਲ ਮਾਰਨੇ ਸੀ ਮੈਂ ਚਲੋ ਬਣਾਈ ਕਿੰਨੇ ਆ ਥੋੜ੍ਹੀ ਜਿਹੀ ਅਸੀਂ ਦੱਸੀ ਆ ਬਾਕੀ ਸਾਡਾ ਵਲੋਗ ਸ਼ੁਰੂ ਹੀ ਆ ਹੁਣ ਅਸੀਂ ਵਾਪਸ ਕਾਰ ਚੁਲੇ ਹਾਂ ਤੱਕਣੇ ਅਗਰ ਕੋਈ ਰਸਤੇ ਕਿਆ ਕੋਈ ਸੂਰਤ ਆ ਲਈ ਅਗਰ ਕੋਈ ਹੋਰ ਸੀਨ ਦੱਸਿਆ ਤਾਂ ਵੀਡੀਓ ਬਣਾ ਸਕਾਂ ਦੋ ਸੀਨ ਅਸਾਂ ਰਿਕਾਰਡ ਕੀਤੇ ਆ ਇਹਨਾਂ ਚੋਂ ਇੱਕ ਰੈਲੀ ਆ ਜਨਾਬ ਖੋਲੋ ਨਾ ਇੱਕ ਮਿੰਟ ਸਰ ਆਹ ਭਾਈ ਹੋਰਾਣੇ ਸੀ ਜੀ ਇੱਧਰ ਆ ਭਾਈ ਭਾਈ ਹੋਰਾਣੇ ਫਿਲਮ ਬਣਾਉਣੀ ਸੀ ਕੀ ਹਾਲ ਠੀਕ ਹੋਣਾ ਜੀ ਸ਼ੁਕਰ ਅੱਲਾਹ ਸਰ ਠੀਕ ਹੀ ਨਾ ਅੱਲਾਹ ਨਾ ਕਰਮ ਜੀ ਬੜੀ ਸਟਿੰਗ ਸੀ ਚੱਲਣੀ ਵੀ ਹੈ ਬਸ ਜੀ ਗਰਮੀ ਸੀ ਮੈਂ ਅੱਜ ਇਹਨਾਂ ਪਾਇਰਾਂ ਤੇ ਆਲਾ ਮਾਰਿਆ ਆਇਆ ਜੀ ਅੱਛੋ ਜਨਾਬ ਇਹਨਾਂ ਪਾਇਰਾਂ ਨਾਲ ਵੀਡੀਓ ਬਣਾਈ ਹੈ ਬਾਕੀ ਤੱਕੋ ਜੀ ਜਨਾਬ ਪਾਇਰਾਂ ਨੂੰ ਤੁਹਾਨੂੰ ਦੱਸਦੇ ਹਾਂ ਘੋੜਾ ਛੋੜਾ ਵੀ ਇੱਥੇ ਲੱਭਿਆ ਉਹਨੇ ਮਾਸ਼ਾਅੱਲਾ ਕਾਫੀ ਖੂਬਸੂਰਤ ਘੋੜਾ ਆ ਚੱਕਰਾਉਣੇ ਉੱਥੇ ਪੂਰਾ ਘੋੜਾ ਤਾਂ ਪਾਈ ਹੋਰੀ ਚੱਕਰਾਉਣੇ ਆ ਤਾਂ ਇਹ ਤੱਕੋ ਜੀ ਘੋੜਾ ਆ ਹੁਣ ਅੱਗੇ ਚੁੱਲੇ ਹਾਂ ਤੁਸੀਂ ਕੀ ਅੱਗੇ ਚੁੱਲੇ ਤੁਹਾਨੂੰ ਦੱਸਦੇ ਹਾਂ ਕਿ ਕਿਆ ਸੂਰਤ ਆ ਲਈ ਜਾਣੀ ਬਾਕੀ ਅੱਛੋ ਜੀ ਚੁੱਲੇ ਹਾਂ ਕਿ ਉਮੀਦ ਕਰਦੇ ਹਾਂ ਸਾਡੇ ਅੱਜ ਦੀ ਵੀਡੀਓ ਪਸੰਦ ਆਈ ਅਸੀਂ ਚੈਨਲ ਨਵੇਂ ਭੈਣਾਂ ਭਰਾ ਚੈਨਲ ਸਬਸਕ੍ਰਾਈਬ ਕਰਿਆ ਵੀਡੀਓ ਸ਼ੇਅਰ ਕਰਿਆ ਘੰਟੀ ਨੇ ਬਟਨੀ ਦਬਾਈ ਨੇ ਤਾਂ ਕਿ ਸਾਡੀ ਅਗਲੀ ਸ਼ਨੇ ਵੀਡੀਓ ਨੋਟੀਫਿਕੇਸ਼ਨ ਮਿਲ ਜਾਏ ਉਸ ਤੋਂ ਜ਼ਿਆਦਾ ਚਾਹ ਸਾਂ ਇਨਸ਼ਾਅੱਲਾ ਜਲਦ ਅਗਲੀ ਵੀਡੀਓ ਮੁਲਾਕਾਤ ਅਸੀਂ ਅੱਲਾ ਸੋਹਣੇ ਨੇ।